पुल की में जबरदस्त है डिजाइन, बड़ा जालम बनाने। गोलू उसी देते हैं कि समुद्र किनारे ये जड़े ने अरबियों के पुराने घर हैं ये सारे जिथा अरबी मकसद जड़े शेख हैं पहले इतना ही रहने हैं और जल तेल निकले तो बाद मकसद है उन्होंने जी तेल 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 निकले तो वाले अमीर थे ना मुल्क वाले उन्होंने बड़े महल बना के तेल है ना दुबई तेल दस हजार चलता पैना आओ हूँ हौले 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 में अगर जुलू पै मैं को उत मालूम थे ना बोरिया नजर दिया पैन चलो देख गए पहले पता होना तो वाल ही पै आंदे एक रास्ता समुंदर तलू पैदल लाई है हाँ जे लत्त कढ़न तो वाले इतना आप पहुंच सकते हैं आराम नाल एरिए सैर कर सकते हैं हाँ मकसद ये टेंशन नहीं गिरनी कि भाई मकसद सैर करनी है वाल रह गए सफर ज्यादा कर रहे हैं परिंदे खा खूब ज्यादा जान दे वेट करा गया सदन लोग इतना परिंदा परिंदा ये तो ममूल की गल है ना रूटीन की गल है पत्थर रखे हैं नहीं बड़े ये रखे हैं नहीं इतनी चाव ऐसी कोई ना कोई हो सी लाजम नहीं नहीं था ही हो सी लाजम कोई बंद था उसी में नहीं पिया मुल्तान ਇਹ ਜੱਲੇ ਰਹਿੰਦਾ ਹੈ ਅੱਛਾ ਇਹ ਪਰਮੜਤਾ ਹੈ ਮੈਂ ਵੀ ਉਥੋਂ ਲੋਧਰਾਂ ਦਾ ਹੈ ਤਰੀ ਹੈ ਮੈਂ ਸਮੇ ਲੋਧਰਾਂ ਦਾ ਹੈ ਜਵੇਦ ਭਾਈ ਜਾਣਦੇ ਜਵੇਦ ਜਵੇਦ ਲੋਧਰਾਂ ਦਾ ਕੌਮ ਦਾ ਕੌਣ ਥੇ ਨੇ ਜੇਲ ਨਾ ਇਹ ਨਾ ਮੇਰ ਰੋਡ ਦੇ ਉੱਤੇ ਬੈਠਾ ਹੈ ਹੀ ਮਲਤਾਨ ਲਾਲ ਰੋਡ ਦੇ ਜੇ ਕੌਣ ਆ ਮਲਤਾਨ ਲੱਗਾ ਇਹ ਨਾ ਲੋਧਰਾਂ ਰੋਡ ਬਾਹਰ ਰੋਡ ਨੇੜੇ ਉਥੇ ਹੀ ਹੈ ਉਹ ਕਿਹੜੀ ਜਾਦ ਬੈਠਾ ਨੇ ਚਾੜੂ ਤਾਂ ਨਹੀਂ ਭਈ ਉਹ ਉਥਾਂ ਗੇਲ ਬੈਠਣ ਚਾੜੂ ਤਸਵੀਰ ਦੀ ਕਾਚਾ ਵਦੀ ਨਹੀਂ
ਧੇਰ ਵੱਡਾ ਜ਼ਿਲ੍ਹਾ ਥਿਆ ਤੋ ਜਿਵੇਂ ਬਈ ਹਮ ਮੁਲਤਾਨ ਵੱਡਾ ਹੈ ਤੇ ਇੱਥੇ ਆ ਦਈ ਮੈਂ ਬੜੀ ਤੋ ਡਰੋਪ ਕਰਨ ਦੇ ਆਵਦੇ ਆ ਸਾਡਾ ਕੋਈ ਛੋਟਾ ਜਿਹਾ ਕੰਮ ਹੈ ਅੱਛਾ ਤੇ ਪਹਿਲੇ ਅਸਾਂ ਦੇ ਇੱਥੇ ਇੱਕ ਬੰਦਾ ਸਾਡਾ ਖੜਦੇ ਰੋਟੀਆਂ ਸੁਕੈਂਦੇ ਅੱਛਾ ਕਹਿੰਦੇ ਹਾਂ ਹਾਂ ਉਹ ਕੁਗਲੇ ਨੇ ਉਹ ਲੱਭ ਗਿਆ ਤੇ ਉਹਦੇ ਕੋਲ ਡੂਬੋ ਰਿਆਂ ਕਹਿੰਦੇ ਸੱਟਣ ਨੇ ਸੁੱਕਾ ਨਿਬੂ ਨਹੀਂ ਉਹ ਕਹਿੰਦੇ ਰੱਖਣ ਵਾਲੀ ਥਾਂ ਗੱਡੀ ਆ ਸੀ ਉਹ ਚਾ ਕਹਿੰਦੇ ਤੇ ਦਾ ਕਾਰੋਬਾਰ ਵਾਸਤੇ ਆ ਗਏ ਮੈਂ ਪੁਰਾਣਾ ਮੈਂ ਕੋ 7-8 ਸਾਲ ਦੇ ਗਿਆ ਕੀ ਕਰਦੇ ਵਿੱਚ ਮਜ਼ਦੂਰੀ ਕਰਨ ਲੇਕਿਨ ਹਾਲੇ ਕਾ ਨਾ ਇੱਕ ਬੰਦੇ ਕੋ ਨਹੀਂ ਜਾਣਦਾ ਤੇ ਤਾਂ ਲੋਧਰਾਂ ਦਾ ਅੱਛਾ ਅੱਛਾ ਮਜ਼ਦੂਰੀ ਕਰਦੇ ਜਵੇਦ ਗਿੱਲ ਜੀ ਜਵੇਦ ਗਿੱਲ ਇਹਦਾ ਮੇਰਾ ਹੈ ਵੀ ਉਹਨੇ ਕਰ ਸਕਦਾ ਹੈ ਅੱਛਾ ਇਹ ਕਿਹ ਜਗ੍ਹਾ ਨੂੰ ਬੈਠਾ ਕੋਈ ਇੰਦਾ ਦਾ ਵੀ ਮੇਨ ਰੋਡ ਤੇ ਇਹ ਹੁਣ ਇੱਕ ਦਾ ਮੈਂ ਗਿਆ ਮੈਂ ਪਤਾ ਗਿਆ ਮੈਂ ਮੁਲਤਾਨ ਦਾ ਨਾ ਅੱਛਾ ਮੈਨੂੰ ਲੱਗਦਾ ਹੈ ਮੈਂ ਕਿ ਚਾੜੂ ਇੱਕ ਜਗ੍ਹਾ ਹੈ ਚਾੜੂ ਦੇ ਉੱਤੇ ਨਾ ਸਾਰੇ ਗਿੱਲ ਬੈਠਣ ਹੁਣ ਪਿਛਲੇ ਜਿਹੜੇ ਇੱਕ ਰੋਲਾ ਮਚਾਈ ਢੇ ਸਾਰਾ ਤੇ ਵੱਲ ਉਹਨਾਂ ਦੀ ਕਾਫੀ ਮਸ਼ਹੂਰੀ ਵੀ ਥਈ ਹੈ ਵੀ ਉਹ ਮਕਸਦ ਉਹ ਦੂਆਂ ਦੁਬਈ ਦੇ ਪਾਲਟੇ ਹਨ ਗੇਲੀ ਦੁਬਈ ਵਾਲੇ ਹਨ ਦੇ ਉਹ ਜਿਹੜੇ ਹਨ ਨਾ ਬਾਈ ਦਮਣੇ ਹਨ ਆਪਾਂ ਤੇ ਇਹਨਾਂ ਦਾ ਰੋਲਾ ਰੱਪਾ ਇੱਥੇ ਆਏ ਤੇ ਉਹ ਕਾਫੀ ਸਾਰਾ ਤਨਾਜ਼ਾ ਥੀ ਹੈ ਪਰ ਆਪਾਂ ਤੇ ਰਾਜੀਨਾਮਾ ਥੀ ਗਏ ਪੁਲਿਸ ਸੁਲਿਸ ਹੀ ਪਈ ਆਏ ਤੇ ਥੀ ਸਕਦੇ ਉਹ ਗੱਲ ਮੈਂ ਤੁਸਾਂ ਨਵੇਂ ਆਇਆ ਹਾਲੀ ਏਡੂ ਨਵੇਂ ਹਨ ਮੈਂ 14 ਤੋਂ ਇੱਥੇ ਹਾਂ ਹਾਲੀ ਕੰਮ ਕਾਇ ਨਹੀਂ ਅਸਾਂ ਵਿਹਲੇ ਫਿਰਦੇ ਪਏ ਹਾਂ ਬਿਲਕੁਲ ਹਾਲਾਤ ਖਰਾਬ ਹੈ ਆਵਾਮ ਜ਼ਿਆਦਾ ਆ ਗਈ ਬਿਲਡਿੰਗ ਲੈਣ ਦਾ ਕੰਮ ਬਿਲਕੁਲ ਹੈ ਕਾ ਨਾ ਵੱਡੀਆਂ ਕੰਪਨੀਆਂ ਲੱਗੀਆਂ ਪੈਣ ਇਹ ਆ ਸੋਰਾ ਤੇ ਹਾਲ ਕੰਪਨੀ ਜਿਹੜੇ ਹਨ ਉਹ ਲੱਗੇ ਹਾਂ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੇ ਹਨ ਉਹ ਇੰਡੀਆ ਜਿਹੜੇ ਇਹ ਫੈਕਟਰੀਆਂ ਥੀ ਬਣਨ ਜਿਹੜੇ ਖਾਣ ਪੀਣ ਵਾਲੀਆਂ ਕੋਈ ਵੀ ਚੀਜ਼ ਹੈ ਨਾ ਉਹ ਆਪਣਾ ਨਿਜ਼ਾਮ ਪੂਰਾ ਕਰਕੇ ਰੱਖਦੇ ਨੇ ਬੰਦੇ ਬੰਦੇ ਉਹਨਾਂ ਦਾ ਪੂਰਾ ਜਿਹੜਾ ਮਕਸਦ ਹੈ ਹਰ ਫੈਕਟਰੀ ਦਾ ਲਿਮਿਟ ਹੁੰਦੀ ਵੀਜ਼ਿਆਂ ਦੀ ਉਹ ਆਪਣੇ ਵੀਜ਼ੇ ਮੰਗਵਾ ਦੇ ਮਕਸਦ ਕਢਾ ਦੇ ਬੰਦੇ ਮੰਗਾ ਦੇ ਵੱਲ ਆਪਣੀ ਤਨਖਾਹ ਆਪਾਂ 3-3 ਲੱਖ ਬਾਹਰ ਦਿਆਂ ਨੇ ਜ਼ਿਆਦਾ ਹੁੰਦੀ ਅਸਾਂ ਜ਼ਿਆਦਾ ਡਿਮਾਂਡ ਕਰ ਰਹੇ ਨੇ ਇੰਡੀਆ ਵਾਲਾ ਜਿਹੜਾ ਨਾ ਉਹ ਵੀਜ਼ਾ ਮੁਫਤ ਗਿਣ ਗਿਣ 7-8 ਸੌ 9 ਸੌ 1000 ਦੇ ਆਰਾਮ ਨਾਲ ਕਰ ਗਿਣ ਕੰਮ ਇਹ ਵੀ ਇੱਕ ਮਸਲਾ ਹੈ ਬਾਕੀ ਰਿਜ਼ਕ ਦਾ ਵੱਲ ਨਸੀਬ ਦਾ ਜਿਹੜਾ ਅੱਲਾਹ ਤਾਲਾ ਲਿਖਿਆ ਉਹ ਮਿਲ ਸੀ ਫਿਲਹਾਲ ਕੋਈ ਠੀਕ ਹੈ ਇਨਸ਼ਾਅੱਲਾ ਜ਼ਿੰਦਗੀ ਬਖੈਰ ਕਦੇ ਮੁਲਾਕਾਤ ਥੀ ਪੈਦਾ ਇਹ ਨਵੇਂ ਆਏ ਬੰਦੇ ਨੇ ਇਹ ਕਾਕਾ ਸੁੱਤਾ ਬਾਈ ਇੱਥੇ ਇਹ ਸੋਰਾ ਤੇ ਹਾਲ ਹੈ ਦੁਬਈ ਦੀ ਅੱਜ ਇੱਕ ਜਗ੍ਹਾ ਹੈ ਖੱਜੀ ਪਾਰਕ ਤੇ ਉੱਥਾਂ ਆਵਾਮ ਇਤਨੀ ਸੁੱਤੀ ਪੀਣ ਦੀ ਬੇਤਹਾਸ਼ਾ ਚਲੋ ਅਲਾ ਜੁਲਦੇ ਹਾਂ ਪਾਰ ਦੁਬਈ ਨਾ ਤੋਂ ਬਈ ਮੈਂ ਕਿ ਪਾਰ ਟੱਪ ਦੇ ਜਦ ਗੋਮ ਫੇਰ ਦੇ ਵਾਲੇ ਮੈਂ ਪਿੱਛੇ ਵਾਲ ਲਾਸੂੰ ਜੇ ਮੈਂ ਵੈਸ ਹੂੰ ਰੋਟੀਆਂ ਵਾਲਾ ਦੇਖ ਗਿਆ ਨੂੰ ਰੋਟੀਆਂ ਵਾਲਾ ਮੈਨੂੰ ਲੱਗਦਾ ਇੱਥੇ ਹੀ ਇਹ ਪੈਟਰੋਲ ਪੰਪ ਹੈ ਬੇੜਿਆ ਇੱਥੋਂ ਤੇਲ ਪਵੇ ਲੱਗਦਾ ਰੋਟੀਆਂ ਇੱਥੇ ਹੀ ਸੁੱਕਿਆ ਨਾ ਇਹ ਬੋਰੀਆਂ ਰੋਟੀਆਂ ਲੱਗਦੀਆਂ ਨੇ ਨਾ ਹਾਂ ਉੱਥੇ ਜੁਲਦਾ ਪੈਣਾ ਉਹ ਸਾਹਮਣੇ ਪਤਾ ਹੀ ਲੱਗ ਗਿਆ ਸੀ ਰੋਟੀ ਨੀ ਪਾਣੀ ਪਤਾ ਨਹੀਂ ਕਿਹੋ ਜਿਹੀ ਸੀਗੀ ਆਉਂਦਾ ਪਹਿਲੇ ਤੇ ਜਦੋਂ ਛੇਕਦਾ ਇੱਥੇ ਨਹੀਂ ਸਟਾਉਂਦਾ ਪਾ ਰੋਟੀਆਂ ਸਹੀ ਹਨ ਬਸ ਠੀਕ ਹੈ ਪਤਾ ਲੱਗ ਗਿਆ ਸਾਹਮਣੇ ਦੁਕਾਨਾਂ ਵਾਲਾ ਦੇ 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 ਵਾਪਸੀ ਦੇ
ਹੁਣ ਇਹ ਰਸਤਾ ਹੈ ਤਲੇ ਵੰਜਣ ਵਾਲਾ ਜੀ ਸਰਦੀ ਡਾਢੀ ਪੈਂਦੀ ਹੈ ਅਤੇ ਗਰਮੀ ਡਾਢੀ ਪੈਂਦੀ ਹਾਂ ਹੁਣ ਸਰਦੀ ਮੁੱਕ ਗਈ ਗਰਮੀ ਸ਼ੁਰੂ ਹੈ ਇਹ ਦੋ ਚਾਰ ਦਿਹਾੜੇ ਅੱਠ ਦਿਹਾੜੇ ਮੈਂ ਬਸ ਮੈਂ ਦਸ ਹੀ ਹਵਾ ਹੀ ਛੋਏ ਉਹਦੇ ਬਾਅਦ ਗਰਮੀ ਸ਼ੁਰੂ ਥੀ ਹੁਣ ਸਾਈਕਲ ਬੰਦ ਕਰ ਛੱਡੇ ਨਾ ਅੱਗੇ ਸਾਈਕਲ ਲੰਘਿਆ ਗਾ ਨਾ ਪੁਲ ਬਣਾ ਹੋਇਆ ਪੁਲ ਮੈਂ ਕਿਹਾ ਕੋਈ ਲੱਗਦਾ ਹੈ ਕੋਈ ਨਿਜ਼ਾਮ ਵੀ ਇਹ ਘਰੂ ਹੈ ਇਹ ਵੱਲੇ ਦੇਖੇ ਮੋੜਾ ਹਾਂ ਹਾਂ ਇੱਧਰ ਵੈਸੇ ਲੇਕਿਨ ਹਾਲੀ ਮੋੜਾਂ ਕਟਾਏ ਸੀ ਜਿੱਥੇ ਹੁਣ ਪਤਾ ਨਹੀਂ ਇੱਥੇ ਸਿੱਧਾ ਥੀ ਵੈਸੇ ਹਾਂ ਤਕਰੀਬਨ ਮੇਰਾ ਖਿਆਲ ਹੈ ਕਿ ਸਿੱਧਾ ਥੀ ਵੈਸੇ ਅਜੇ ਹੈ ਹਾਲੀ ਹੈ ਜੇ ਕੋ ਲੱਗਦੀ ਆਪਣੇ ਚੇਤ ਗੁੰਮ ਗਏ ਹਾਂ ਹੁਣ ਸਹੀ ਦੇ ਸਾਰਾ ਜੀਕਾ ਕਹਿੰਦਾ ਨਾ ਵੱਲ ਇਹ ਜਿਤਲਾ ਇਵੇਂ ਬਿਲਕੁਲ ਸੇਮ ਸੇਮ ਵੱਲ ਉੱਤਾਂ ਉੱਤੇ ਚੜ੍ਹਨਾ ਅੱਗੇ ਤਾਂ ਇਹ ਅਰਬਿਆਂ ਦੇ ਘਰਾਂ ਦੀ ਕੋਈ ਟਿਕਟ ਸ਼ਿਕਟ ਕਹਿਣਾ ਆਈ ਪਤਾ ਨਹੀਂ ਹੋਣ ਵੱਲ ਚੁੱਲ੍ਹੇ ਪੈਂਦੇ ਦੇ ਕਿਆ ਬਣ ਗਏ ਨਾ ਤਾਂ ਬਾਹਰ ਦੇ ਅੱਗੇ ਸੋ ਇਹ ਸੈਂਟਰ ਹੈ ਹਾਂ ਨਾ ਨਾ ਬਣਾਏ ਨੇ ਪਹਿਲੇ ਤਿਆਰ ਕੀਤੇ ਨੇ ਬਾਅਦ ਪਾਣੀ ਛੋੜੇ ਨੇ ਨਾ ਸਮਝਿਆ ਕਰ ਹੁਣ ਉਹ ਏਰੀਆ ਹੈ ਇਹ ਏਰੀਆ ਵੱਲ ਸਿੱਧਾ ਵੱਲ ਉਹ ਏਰੀਆ ਝਾੜੀ ਵਾਲਾ ਚੜ੍ਹਾਈ ਸ਼ੁਰੂ ਥੀ ਗਈ ਨਹੀਂ ਪਤਾ ਲੱਗਦਾ ਬੰਦੇ ਦਾ ਹਾਂ
गोरा बड़ा आंदे इत्था हुण आपां जुलसो ना बसां भरे भरे जाया खड़ियां सी कैमरे जदे ट्रेन गल च असल हुण कैमरे आ गए थे कंज लाया था वीडियो बन जी वजी 500 GB दे कार्ड है उन्होंने को टेंशन खत्म बल बाद बाहर एडिटिंग करन जा तो हूँ भूल भले जल्दी नहीं खत्म थी गई एडो हल्या उड ज्यादा ऐसे है निजाम ये आप हो जाए के रजी कांग है ना हाँ ये तो खाक रहे हैं ना मतलब ये चीज़ है ताले रुको आप ऐसा हूँ ही मैं आया ना बेड़ी जी बना गए ना और वो हेलाने जा किमे को ये ही का है समझा का ना उन्हों का बड़ा कमाई का जरिया है ना अगर इं करन जा तो वाल कमाई कि थी सी सारे अगर रास्ते खोल लेवन इंको एक साइड दे रखे ना भी जरा मजबूरी वाला उसी वो चलो जैसे जाए अगर रुपया ना हो इतों लंघ बने वाल बेड़ी जड़ी टुरदी है ना वो इं का नहीं टुरदी भाई मैं सीधा इं बंद इं वो लंबा रूट मरे जी जान दे पर रुपया जरा गिन है झट पे समुंदर सैर थी बने ये हूँ कोई स्पेशल बुक कराई बता इतों बस लादी पानी दे पानी चलती बाकायदा जो बस आँदी उन्हें तलू वाल को पखे शखे लगे हुए जो भी निजाम है लादी थूं निकलती थूं ये गौर बान ज्यादातर ए बेड़ी बनी खड़ी इतना दू मजदूर खड़े हो सन सामने नजर तो नहीं पाए